ਸਾਡਾ ਗੁਰਦੁਆਰਾ ਪਠਾ ਸਾਹਿਬ ਆ ਜਿਹੜਾ ਪਠਾ ਸਾਹਿਬ ਸਥਾਨ ਸਾਡਾ ਉਹ ਇਤਿਹਾਸਿਕ ਸਥਾਨ ਆ ਸਾਡਾ ਉੱਥੇ ਹੁਣ ਮੈਨੂੰ ਪਤਾ ਲੱਗਾ ਵੀ ਫਲਾਈਓਵਰ ਬਣਾ ਰਹੇ ਆ ਮੈਂ ਪੰਜਾਬ ਸਰਕਾਰ ਨੂੰ ਤੇ ਡੀਸੀ ਰੋਪੜ ਨੂੰ ਬੇਨਤੀ ਕਰਦਾ ਕਿ ਉੱਥੇ ਉਹ ਫਲਾਈਓਵਰ ਨਾ ਬਣਾਇਆ ਜਾਵੇ ਕਿਉਂਕਿ ਉਸ ਗੁਰਦਰਾ ਸਾਹਿਬ ਦਾ ਬੜਾ ਵੱਡਾ ਸਿੱਖ ਪੰਥ ਦੇ ਸਿੱਖ ਇਤਿਹਾਸ ਦੇ ਵਿੱਚ ਮਹੱਤਵ ਆ ਤੇ ਉਹ ਫਲਾਈਓਵਰ ਬਣਾ ਕੇ ਲੋਕ ਤੇ ਸੰਗਤਾਂ ਜਿਹੜੀਆਂ ਉਹ ਦਾਰਸ਼ਨਾਂ ਤੋਂ ਬਾਂਝੀਆਂ ਰਹਿ ਜਾਣਗੀਆਂ ਜੇ ਬਣਾਉਣਾ ਵੀ ਪਵੇ ਫਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਕੇ ਉਹਦਾ ਕੀ ਸਾਰਥਕ ਹੱਲ ਹੋ ਸਕਦਾ ਫਿਰ ਉਹਦੇ ਤੇ ਪਹਿਲੀ ਗੱਲ ਤਾਂ ਬਣਾਇਆ ਨਾ ਜਾਵੇ ਕਿਉਂਕਿ ਬਣਾਇਆ ਇਸ ਕਰਕੇ ਨਾ ਜਾਵੇ ਮੈਂ ਆ ਮੇਲਿਆਂ ਦੇ ਜੋੜ ਮੇਲਿਆਂ ਦੇ ਵਿੱਚ ਉਥੇ ਰੋਪੜ ਚ ਵੀ ਗਿਆਂ ਸਾਰਿਆਂ ਲੋਕਾਂ ਨੇ ਕਿਹਾ ਕਿ ਇਹ ਤਾਂ ਫਿਰ ਅਸੀਂ ਬਹੁਤ ਬਾਂਝੇ ਹੋ ਜਾਾਂਗੇ ਇਹ ਇਤਿਹਾਸਕ ਸਥਾਨ ਆ ਤੇ ਫਿਰ ਤਾਂ ਸਾਨੂੰ ਮੀਲ-ਮੀਲ ਦੋ-ਦੋ ਮੀਲ ਬਗਲ ਕੇ ਆਉਣਾ ਪਿਆ ਕਰੂਗਾ ਸੋ ਇਸ ਕਰਕੇ ਪੰਜਾਬ ਸਰਕਾਰ ਤੋਂ ਤੇ ਡਿਪਟੀ ਕਮਿਸ਼ਨਰ ਰੋਪੜ ਸਾਹਿਬ ਰੋਪੜ ਤੋਂ ਅਚੇਚੇ ਤੌਰ ਤੇ ਇਹ ਮੰਗ ਕਰਦਾ ਕਿ ਇਹ ਕਾਰਜ ਨੂੰ ਰੋਕਿਆ ਜਾਵੇ ਜੇ ਨਹੀਂ ਰੋਕਣਾ ਤਾਂ ਜਿੰਨਾ ਚਿਰ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਕੋਈ ਕੰਸੈਂਸਸ ਨਹੀਂ ਬਣਦੀ ਉਹਨਾਂ ਚਿਹਰੇ ਪਲਾਨ ਜਿਹੜਾ ਸਿਰੇ ਨਾ ਚੜਾਇਆ ਜਾਵੇ